ਸਰਕਾਰੀ ਸਕੂਲ ਦੇ ਅੰਦਰ ਪੜਨ ਵਾਲੇ ਬੱਚੇ ਜੇਕਰ ਮਨ ਲਗਾ ਕੇ ਪੜਦੇ ਹਨ ਤਾਂ ਚੰਗੀ ਪੋਜੀਸ਼ਨ ਹਾਸਲ ਕਰਦੇ ਹਨ ਤਾਂ ਉਹ ਕਿਸੇ ਤੋਂ ਘੱਟ ਨਹੀਂ ਹਨ। ਇਸ ਦੀ ਮਿਸਾਲ ਕਾਇਮ ਕੀਤੀ ਹੈ ਸਮਾਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਵਿਦਿਆਰਥੀ ਆਕਾਸ਼ਦੀਪ ਸਿੰਘ ਨੇ, ਜੋ ਕਿ 12ਵੀਂ ਜਮਾਤ ਦਾ ਨਾਨ ਮੈਡੀਕਲ ਦਾ ਵਿਦਿਆਰਥੀ ਹੈ ਅਤੇ ਉਸਦਾ ਪੂਰਾ ਪਰਿਵਾਰ ਬਿਲਕੁਲ ਹੀ ਮੱਧਮ ਵਰਗ ਹੈ। ਉਹਨਾਂ ਨੇ 10ਵੀਂ ਕਕਸ਼ਾ 'ਚ 97% ਪੰਜਾਬ ਸਕੂਲ ਸਿੱਖਿਆ ਬੋਰਡ 'ਚ ਪ੍ਰਾਪਤ ਕੀਤੇ ਸਨ ਅਤੇ ਉਸ ਦੀ ਬਦੌਲਤ ਭਾਰਤ ਸਰਕਾਰ ਨੇ ਆਕਾਸ਼ਦੀਪ ਸਿੰਘ ਦਾ ਚੁਣਾਵ ਕੀਤਾ ਸੀ। ਆਕਾਸ਼ਦੀਪ ਸਿੰਘ ਜਾਪਾਨ ਦੇ ਇੱਕ ਹਫ਼ਤੇ ਦੇ ਦੌਰਾ ਕਰਕੇ ਵਾਪਸ ਲੌਟਿਆ ਹੈ ਅਤੇ ਉਸਨੂੰ ਸਕੂਲ 'ਚ ਸਨਮਾਨਿਤ ਕੀਤਾ ਗਿਆ। ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਭਾਰਤ 'ਚ ਪੜ੍ਹਾਈ ਕਿਤਾਬਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਜਾਪਾਨ 'ਚ ਸਾਰੀ ਪੜ੍ਹਾਈ ਪ੍ਰੈਕਟੀਕਲ ਕਰਵਾਈ ਜਾਂਦੀ ਹੈ। ਔਰ ਇਹ ਕਿਹਾ ਹੈ ਕਿ ਜਾਪਾਨ ਦੀ ਪੜ੍ਹਾਈ ਚੰਗੀ ਲੱਗੀ, ਜੇਕਰ ਪ੍ਰੈਕਟੀਕਲ ਮਨੁੱਖ ਨੂੰ ਆ ਜਾਏ ਤਾਂ ਜ਼ਿੰਦਗੀ 'ਚ ਕਦੇ ਕਮਜ਼ੋਰ ਸਾਬਿਤ ਨਹੀਂ ਹੋਏਗਾ। ਜਾਪਾਨ ਟੂਰ ਜਾਣ ਲਈ ਮੇਰੀ ਸਿਲੈਕਸ਼ਨ 10th ਦੇ ਨੰਬਰਾਂ 'ਤੇ ਬੇਸ 'ਤੇ ਹੋਈ। ਕਿੰਨੇ ਪਰਸੈਂਟ ਨੰਬਰ ਆਏ ਤੁਹਾਡੇ? ਮੇਰੇ ਨੰਬਰ 96.92% ਸੀ, ਮੈਰਿਟ ਵਿੱਚ ਸੀ। ਉੱਥੇ ਅਸੀਂ 2 ਯੂਨੀਵਰਸਿਟੀਆਂ ਗਏ, 1 ਸਕੂਲ ਗਏ, 3 ਮਿਊਜ਼ੀਅਮ ਘੁੰਮੇ। ਇੱਕ ਉੱਥੇ ਸਾਨੂੰ 2 ਰੋਬੋਟ ਵੇਖਣ ਦਾ ਮੌਕਾ ਵੀ ਮਿਲਿਆ। ਵੱਡਾ ਹੋ ਕੇ ਮਕੈਨੀਕਲ ਇੰਜੀਨੀਅਰ ਬਣਨਾ ਚਾਹੁੰਦਾ। ਜਾਪਾਨ ਦੀ ਐਜੂਕੇਸ਼ਨ ਪ੍ਰੈਕਟੀਕਲ ਵਰਕ ਹੈ ਪਰ ਇੱਥੇ ਥਿਊਰੀ ਹੈ। ਜੇ ਮਨੁੱਖ ਨੂੰ ਪ੍ਰੈਕਟੀਕਲ ਆ ਗਿਆ ਤਾਂ ਉਹ ਥਿਊਰੀ ਨਾਲੋਂ ਜ਼ਿਆਦਾ ਕੰਮ, ਉਹਨੂੰ ਨੌਲੇਜ ਵੱਧ ਆ ਜਾਏਗੀ। ਮਾਣ ਮਹਿਸੂਸ ਹੋ ਰਿਹਾ ਕਿ ਇਹਨਾਂ 35 ਬੱਚਿਆਂ ਦੇ ਵਿੱਚੋਂ ਅਤੇ ਪੰਜਾਬ ਦੇ ਵਿੱਚੋਂ 6 ਬੱਚਿਆਂ ਦੇ ਵਿੱਚੋਂ ਸਾਡਾ ਇੱਕ ਬੱਚਾ ਜਾਪਾਨ ਜਾ ਕੇ ਆਇਆ। ਉੱਥੇ ਇਹ ਫਿਜ਼ਿਕਸ ਦੇ ਨੋਬਲ ਪ੍ਰਾਈਜ਼ ਵਿਨਰ, ਉਹਨਾਂ ਦਾ ਇਹਨਾਂ ਨੇ ਲੈਕਚਰ ਸੁਣਿਆ ਅਤੇ ਜਾਪਾਨ ਦੇ 2 ਰੋਬੋਟਸ ਉਹਨਾਂ ਦੇ ਨਾਲ ਵੀ ਇਹਨੇ ਇੰਟਰੈਕਸ਼ਨ ਕੀਤੀ ਅਤੇ ਇਸ ਤੋਂ ਸਾਨੂੰ ਲੱਗਦਾ ਹੈ ਕਿ ਜਦੋਂ ਬੱਚਾ ਹੁਣ +2 ਚੰਗੇ ਨੰਬਰਾਂ ਨਾਲ ਪਾਸ ਕਰੇਗਾ ਤਾਂ ਇਹਦਾ ਅੱਗੇ ਦਾ ਭਵਿੱਖ ਬੜਾ ਉਜਵਲ ਹੋਵੇਗਾ। ਸਮਾਨਾ ਤੋਂ ਵਿਪਾਸਲ ਦੀ ਰਿਪੋਰਟ, ਚੈਨਲ 2।